ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਪੰਜਾਬ ਦੇ ਗੁਰਦਾਸਪੁਰ ਤੋਂ ਵੱਡੀ ਖਬਰ ਆ ਰਹੀ ਹੈ। ਇੱਥੇ ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾ ਹਨੀ ਮਹਾਜਨ ਦੇ ਉੱਤੇ ਹਮਲਾ ਹੋਇਆ ਹੈ। ਪਹਿਲੀ ਜਾਣਕਾਰੀ ਦੇ ਮੁਤਾਬਕ ਮੌਕੇ ਤੇ ਹਮਲਾਵਰਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ। ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਹਨੀ ਮਹਾਜਨ ਗੰਭੀਰ ਰੂਪ 'ਚ ਜ਼ਖਮੀ ਨੇ, ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ। ਤੁਸੀਂ ਆਪ ਹੀ ਵੇਖ ਲਓ, ਦੈਨਿਕ ਵੇਲ ਪੰਜਾਬੀ ਟੀਵੀ ਦੇ ਪੱਤਰਕਾਰ ਜਸਵਿੰਦਰ ਸਿੰਘ ਦੀ ਰਿਪੋਰਟ। ਕਿਵੇਂ ਹੋਈ ਹੈ ਘਟਨਾ? ਦੇਖੋ ਜੀ, ਹਨੀ ਮਹਾਜਨ ਤੇ ਉਹ ਆਪਣੀ ਦੁਕਾਨ ਤੇ ਬੈਠਾ ਸੀ ਤੇ ਦੋ ਕੁਛ ਬੰਦੇ ਆਏ ਆ, ਉਹਨਾਂ ਨੇ ਫਟਾਫਟ ਆਉਂਦੇ ਕੁਛ ਨਹੀਂ ਬੋਲੇ ਫਾਇਰਿੰਗ ਕਰਤੀ ਆ, ਤੇ ਇੱਕ ਦੇ ਸਿਰ 'ਤੇ ਸੱਟ ਲੱਗੀ ਆ, ਹਨੀ ਦੀਆਂ ਲੱਤਾਂ 'ਤੇ ਸੱਟ ਲੱਗੀ ਆ। ਅਤੇ ਮੈਂ ਤਾਂ ਇਹੀ ਕਹਿੰਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਢਿੱਲੇ ਨਹੀਂ ਰਹਿਣਾ ਚਾਹੀਦਾ, ਉਹਨਾਂ ਨੂੰ ਸਖਤ ਜੋ ਬੰਦੀ ਆ ਉਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਆ, ਉਹਨਾਂ ਦੇ ਜੋ ਬੰਦੀ ਕਾਰਵਾਈ ਇਨਸਾਫ ਦਿਵਾਉਣਾ ਚਾਹੀਦਾ ਬੰਦੇ ਨੂੰ। ਸਾਡੇ ਸ਼ਹਿਰ 'ਚ ਬਹੁਤ ਮਾੜਾ ਕੰਮ ਹੁੰਦਾ, ਇਹ ਗੁੰਡਾਗਰਦੀ ਖਤਮ ਕਰਨੀ ਚਾਹੀਦੀ ਹੈ, ਪੁਲਿਸ ਨੂੰ ਪੂਰੀ ਸਖਤਾਈ ਕਰਨੀ ਚਾਹੀਦੀ ਹੈ। ਸ਼ਿਵ ਸੈਨਾ ਹਿੰਦੁਸਤਾਨ ਦਾ ਜੀ ਉੱਤਰ ਭਾਰਤ ਮੁਰਪਰ ਪ੍ਰਧਾਨ ਸੀ ਜੀ ਸਾਡੇ ਯੁਵਾ ਨੇਤਾ ਸੀ, ਜੋ ਹੋਇਆ ਮਾੜਾ ਹੋਇਆ, ਬਾਕੀ ਆਪਾਂ ਪੁਲਿਸ ਨੂੰ ਇਹੋ ਹੀ ਕਹਿੰਦੇ ਹਾਂ ਕਿ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਵੀ ਆ ਪਹਿਲਾਂ ਮਹਾਜਨ ਸਾਹਿਬ ਦੇ ਨਾਲ ਜਿਹੜਾ ਇੱਕ ਨਾਲ ਮੁੰਡਾ ਜੀ ਪਰਮਾਤਮਾ ਨੂੰ ਪਿਆਰਾ ਹੋ ਗਿਆ, ਇੱਕ ਇਹਨਾਂ ਨੂੰ ਮਹਾਜਨ ਸਾਹਿਬ ਜੀ ਨੂੰ ਉੱਥੇ ਅੰਮ੍ਰਿਤਸਰ ਰੈਫਰ ਕਰਤਾ ਸਕੂਲ 'ਚ, ਅਸੀਂ ਜਾ ਕੇ ਹੁਣ SSP ਸਾਹਿਬ ਨੂੰ ਮਿਲਦੇ ਹਾਂ, ਜੋ ਰਣਨੀਤੀ ਆ ਉਹਨਾਂ ਨੂੰ ਮਿਲ ਕੇ ਅਸੀਂ ਸਵੇਰ ਦੀ ਤਿਆਰ ਕਰਾਂਗੇ। ਅਤੇ ਬੇਨਤੀ ਇਹੋ ਹੀ ਆ, ਨਗਰ ਨਿਵਾਸੀ ਨੂੰ ਵੀ ਇਹੋ ਹੀ ਬੇਨਤੀ ਆ, ਜਿਹੜੀ ਉਹ ਸਵਿਫਟ ਗੱਡੀ ਆਈ ਆ, ਸਵਿਫਟ ਗੱਡੀ ਦਾ ਰੌਲਾ ਵਾ ਕਿ ਸਵਿਫਟ ਗੱਡੀ ਆਈ ਆ, ਜਿੰਨੇ ਉਹਦੇ 'ਚ ਬੰਦੇ ਸੀ, ਸ਼ਹਿਰ ਨਿਵਾਸੀਆਂ ਨੂੰ ਵੀ ਕਹਾਂਗੇ ਆਪਾਂ ਕਿ ਆਪਣੇ ਆਪਣੇ ਦੁਕਾਨਾਂ ਦੇ ਬਾਹਰ ਜਿਹੜੇ ਕੈਮਰੇ ਲੱਗੇ ਉਹ ਵੀ ਚੈੱਕ ਕਰਨ, ਕਿ ਜਲਦ ਤੋਂ ਜਲਦ ਮਤਲਬ ਪੁਲਿਸ ਨੂੰ ਸਹਿਯੋਗ ਦੇਣ ਉਹਨਾਂ ਨੂੰ ਫੜਨ 'ਚ। ਓਕੇ, ਹਨੀ ਮਹਾਜਨ ਜਿਹੜਾ ਸੀ ਸ਼ਿਵ ਸੈਨਾ ਹਿੰਦੁਸਤਾਨ ਦਾ ਉੱਤਰ ਭਾਰਤ ਪ੍ਰਮੁੱਖ ਸੀ, ਸਾਡੇ ਦੁਆਰਾ ਵਾਰ ਵਾਰ ਪੁਲਿਸ ਨੂੰ ਸੁਚੇਤ ਕਰਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਦੱਸਣ 'ਤੇ ਕਿ ਹਿੰਦੂ ਨੇਤਾ ਜਿਹੜੇ ਨੇ ਇਸ ਵੇਲੇ ਨਿਸ਼ਾਨੇ 'ਤੇ, ਪਰ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਐਕਸ਼ਨ ਆ ਨਹੀਂ ਲਿਆ। ਅਸੀਂ ਪੁਲਿਸ ਦੇ ਇਸ ਕਾਲ ਦੇ ਪੂਰੇ ਵਿਰੋਧੀ ਹਾਂ ਅਤੇ ਅਸੀਂ ਇਹ ਕਹਿੰਦੇ ਹਾਂ ਕਿ ਸੁਬਹਾ ਜਿਹੜੀ ਆ ਕੱਲ੍ਹ ਜਿਹੜੀ ਸਵੇਰ ਹੋਏਗੀ, ਕੱਲ੍ਹ ਦੇ ਦਿਨ ਸਾਰੀਆਂ ਜਿਹੜੀਆਂ ਸ਼ਿਵ ਸੈਨਾ ਪੰਜਾਬ ਦੀਆਂ ਉਹ ਧਾਰੀਵਾਲ ਦੇ ਵਿੱਚ ਇਕੱਠਾ ਹੋ ਕੇ ਪੁਲਿਸ ਦਾ ਜਿਹੜਾ ਵਾ ਪ੍ਰਦਰਸ਼ਨ ਕਰਨਗੀਆਂ, ਪੁਲਿਸ ਦਾ ਜਿਹੜਾ ਪਿੱਟ ਸਿਆਪਾ ਕਰਨਗੀਆਂ। ਅੱਜ ਘਟਨਾ ਕੀ ਹੋਈ ਜੀ? ਅੱਜ ਦੀ ਜਿਹੜੀ ਘਟਨਾ ਹੋਈ ਆ ਉਹ ਇਹ ਹੋਈ ਆ ਕਿ ਹਨੀ ਮਹਾਜਨ ਜਦੋਂ ਆਪਣੀ ਦੁਕਾਨ 'ਤੇ ਖੜ੍ਹਾ ਸੀ, ਸਾਹਮਣੇ ਇੱਕ ਸਵਿਫਟ ਗੱਡੀ ਆ ਗਈ, ਉਹਦੇ 'ਚੋਂ ਦੋ ਜਿਹੜੇ ਨੌਜਵਾਨ ਉਤਰੇ ਆ, ਉਹਨਾਂ ਨੇ ਸੜਕ ਦੇ ਦੂਸਰੇ ਪਾਸੇ ਖੜ੍ਹੇ ਹੋ ਕੇ ਅੰਧਾਧੁੰਦ ਜਿਹੜੀ ਫਾਇਰਿੰਗ ਕੀਤੀ ਆ, ਅਤੇ ਹਨੀ ਮਹਾਜਨ ਦੇ ਜਿਹੜੇ ਨਾਲ ਦੀ ਦੁਕਾਨ ਦਾ ਇੱਕ ਜਿਹੜਾ ਲੜਕਾ ਅਸ਼ੋਕ ਸੀ ਉਹਦੇ ਸਿਰ 'ਚ ਗੋਲੀ ਲੱਗਣ ਨਾਲ ਉਹਦੀ ਤਾਂ ਮੌਕੇ 'ਤੇ ਹੀ ਡੈਥ ਹੋ ਗਈ ਆ। ਹਨੀ ਮਹਾਜਨ ਦੇ ਜਿਹੜੀਆਂ 3 ਗੋਲੀਆਂ ਜਿਹੜੀਆਂ ਉਹਦੀਆਂ ਲੱਤਾਂ 'ਤੇ ਲੱਗੀਆਂ ਨੇ, ਹਨੀ ਮਹਾਜਨ ਨੂੰ ਗੁਰਦਾਸਪੁਰ ਸਿਵਲ ਹਸਪਤਾਲ 'ਚ ਅਸੀਂ ਲੈ ਕੇ ਆਏ ਸੀ ਅਤੇ ਡਾਕਟਰ ਸਾਹਿਬ ਨੇ ਇੱਥੋਂ ਉਹਨਾਂ ਨੂੰ ਅੰਮ੍ਰਿਤਸਰ ਸਕਾਡ ਦੇ ਵਿੱਚ ਰੈਫਰ ਕਰਤਾ ਵਾ। ਬਾਕੀ ਇਹ ਸਾਡੀ ਪੁਲਿਸ ਦੀ ਜਿਹੜੀ ਆ ਨਾਕਾਮੀ ਦਾ ਸਬੂਤ ਆ, ਕਿਉਂ ਸਾਨੂੰ ਨਹੀਂ ਪਤਾ ਕੀ ਚੱਕਰ ਆ, ਪੁਲਿਸ ਜਿਹੜੀ ਆ ਹਿੰਦੂ ਨੇਤਾਵਾਂ ਨੂੰ ਕਿਉਂ ਡਰਾਉਣਾ ਚਾਹੁੰਦੀ ਆ, ਜਾਂ ਇਹਨਾਂ 'ਤੇ ਕਿਉਂ ਐਸਾ ਵਾਰ ਵਾਰ ਕਰਨਾ ਚਾਹੁੰਦੀ ਆ। ਜੇ ਪੁਲਿਸ ਨੇ ਹਨੀ ਮਹਾਜਨ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਜਿਹੜੀ ਆ ਘਟਨਾ ਘਟੀ ਆ ਨਾ ਘਟਦੀ। ਗਨਮੈਨ ਹੁੰਦੇ ਸੀ ਹੁਣ? ਬਿਲਕੁਲ ਸੀ, ਗਨਮੈਨ ਸੀ, ਪਰ ਜਿਹੜੀ ਆ ਪ੍ਰਸ਼ਾਸਨ ਨੇ ਗਨਮੈਨ ਜਿਹੜੇ ਅੱਜ ਤੋਂ ਕੋਈ 5-4 ਮਹੀਨੇ ਪਹਿਲਾਂ ਜਿਹੜੇ ਵਿਦਡਰਾ ਕਰ ਲਏ ਸੀ, ਅਸੀਂ ਪ੍ਰਸ਼ਾਸਨ ਨੂੰ ਵਾਰ ਵਾਰ ਸੁਚੇਤ ਕੀਤਾ, ਉਹਨਾਂ ਨੂੰ ਦੱਸਿਆ ਕਿ ਸ਼ਿਵ ਸੈਨਾ ਜਿਹੜੀ ਆ ਅਕਸਰ ਗਤੀਵਿਧੀਆਂ ਕਰਕੇ ਜਿਹੜੀ ਆ ਕੱਟੜਪੰਥੀਆਂ ਦੇ ਜਿਹੜੀਆਂ ਨਿਸ਼ਾਨੇ 'ਤੇ ਰਹਿੰਦੀ ਆ, ਪਰ ਪੁਲਿਸ ਦੇ SSP ਸਾਹਿਬ ਦੇ ਜਿਹੜੇ ਕੰਨ 'ਤੇ ਕੋਈ ਜੂ ਨਹੀਂ ਰੁਕੀ, ਉਹਨਾਂ ਨੇ ਕਿਸੇ ਗੱਲ ਦਾ ਕੋਈ ਵਿਸ਼ਵਾਸ ਕੁਛ ਨਹੀਂ ਕੀਤਾ, ਉਹਦਾ ਨਤੀਜਾ ਜਾ ਭੁਗਤਣਾ ਪਿਆ। ਅੱਜ ਜਦੋਂ ਅਸੀਂ ਹੋਸਪਿਟਲ 'ਚ ਆਏ ਹਾਂ, ਸਾਡੇ ਹੋਸਪਿਟਲ ਦੇ ਆਉਣ 'ਤੇ ਘੱਟੋ ਘੱਟ ਅੱਧੇ ਘੰਟੇ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਆ ਗੁਰਦਾਸਪੁਰ ਹੋਸਪਿਟਲ 'ਚ ਪੁੱਜਿਆ, ਜਦਕਿ ਸਾਹਿਬ ਦਾ ਦਫ਼ਤਰ ਵੀ ਇੱਥੇ ਆ, ਡਿਪਟੀ ਸਾਹਿਬ ਦਾ ਦਫ਼ਤਰ ਵੀ ਇੱਥੇ ਆ, 5 ਮਿੰਟ ਦਾ ਕੰਮ ਆ, ਪਰ ਅੱਧੇ ਘੰਟੇ ਬਾਅਦ ਜਿਹੜੀ ਪੁਲਿਸ ਇੱਥੇ ਪੁੱਜੀ ਆ। ਮੈਂ ਪੁਲਿਸ ਦੀ ਜਿਹੜੀ ਆ ਬੜੀ ਜਿਹੜੀ ਆ ਗਲਤ ਜਿਹੜੀ ਆ ਨੀਤੀ ਆ ਉਹਦੇ ਅਸੀਂ ਵਿਰੋਧ ਕਰਨੇ ਆ, ਅਤੇ ਜਿਹੜੀ ਸਾਡੀ ਅਗਲੀ ਰਣਨੀਤੀ ਆ ਉਹ ਸਾਡੇ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਸਵੇਰੇ ਧਾਰੀਵਾਲ 'ਚ ਜਦੋਂ ਇਕੱਠੇ ਹੋਣਗੇ ਉਹਦੀ ਜਿਹੜੀ ਅਗਲੀ ਰਣਨੀਤੀ ਜਿਹੜੀ ਅਸੀਂ ਗਾਂ ਬਣਾਵਾਂਗੇ। ਓਕੇ, ਥੈਂਕ ਯੂ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।